ਨੰਬਰ 81 ਦਾ ਪੈਰਾ ਵਰਡ ਕੁਛ ਲਿਖਦਾ ਮੈਂ, ਡਿਕਟੇਸ਼ਨ ਅਪਲੋਡ ਕਰ ਦਾਂਗੇ, ਤੁਸੀਂ ਉਹ ਲਿਖਣੀ ਹੈ। ਠੀਕ ਹੈ, ਪਹਿਲਾ ਵਰਡ ਇਹਦੇ ਵਿੱਚ ਆ ਗਿਆ ਯੋਗਦਾਰਾਂ। ਜਈਆ ਪਾਉਣ ਦੀ ਲੋੜ ਨਹੀਂ, ਜੱਜੇ ਨਾਲ ਪਾ ਦਾਂਗੇ ਯੋਗਦਾਰਾਂ। ਦਰਾਂ ਵਾਸਤੇ ਨੂੰ ਲੰਮਾ ਕਰਤਾ ਆਪਾਂ। ਖੁਰਾਕ ਸਪਲਾਈ ਅਤੇ ਵਿਭਾਗ, ਖੁਰਾਕ ਅਤੇ ਸਪਲਾਈ ਵਿਭਾਗ ਵੱਖ ਵੱਖ ਦੌਰੀ ਕੱਟਿਆ ਜਾਊਗਾ। ਕਦਮ ਕੱਕਾ ਛੋਟਾ, ਕਦਮ ਚੁੱਕੇ ਗਏ ਹਨ। ਖਰੀਦੀ ਜਾਂਦੀ ਹੈ, ਖੱਖਰ ਛੋਟਾ ਆ। ਦਿਨ ਅਤੇ ਰਾਤ ਕੰਮ ਕਰ ਰਹੀ ਹੈ, ਰਹੀ ਹੈ ਦੀ ਡੋਟ, ਕੰਮ ਕਰ ਰਹੀਆਂ ਹਨ। ਹਨ ਵਸ ਚੱਕ ਲੱਗ ਗਈ ਪੈਰੇ ਵਿੱਚ, ਰਹੀਆਂ ਹਨ ਆ। ਠੀਕ ਹੈ, ਖਰੀਦੀ ਜਾਂਦੀ, ਖੱਖਰ ਵਾਲਾ ਛੋਟਾ ਹੀ ਆ, ਖਰੀਦੀ ਜਾਂਦੀ ਹੈ। ਉਹ ਤੋਂ ਬਾਅਦ ਹੈਗਾ ਜੀ ਕਰ ਦਿੱਤਾ ਗਿਆ ਹੈ, ਫੈਸਲਾ ਕੀਤਾ ਗਿਆ ਹੈ। ਹਾਂਜੀ, ਜਿਨਸ ਨਾਨੇ ਵਾਲੀ ਸਾਈਡ ਬੰਦ ਕਰਾਂਗੇ। ਬਣਾਈ ਜਾਵੇ ਬਾਜਰਾ, ਮੱਕਈ ਖਰੀਦਿਆ ਗਿਆ। ਕਰਮਚਾਰੀ, ਤਨਖਾਹ ਵੰਡਿਆ ਜਾਵੇ। ਨਿਸ਼ਚਿਤ ਕਰਨ ਅਤੇ ਨਾਲ, ਨਿਸ਼ਚਿਤ ਕਰਨ ਨਾਲ ਪੈਦਾਵਾਰ ਛਪਚਨ ਜ਼ੋਰ ਦਿੱਤਾ ਗਿਆ ਹੈ। ਨਤੀਜੇ ਵਜੋਂ ਪ੍ਰਸ਼ੰਸਾ ਯੋਗ ਬਸ। ਠੀਕ ਹੈ, ਇਹਦੇ ਵਿੱਚ ਇਹੀ ਵਰਡ ਸੀਗੇ, ਬਾਕੀ ਤੁਸੀਂ ਖੁਦ ਵਰਡ ਕਰਨੇ ਆ। ਠੀਕ ਹੈ, 81 ਨੰਬਰ ਪੈਰਾ, ਡਿਕਟੇਸ਼ਨ ਅਪਲੋਡ ਕਰ ਦਾਂਗੇ, ਕਾਫੀ ਫਾਸਟ ਹੋਊਗੀ। ਪੈਰੇ ਨੂੰ 40 ਵਾਰੀ ਕਰਕੇ, ਪੈਰਾ ਨੂੰ 40 ਵਾਰੀ ਕਰਨ ਦਾ ਟਾਈਮ ਨਾ ਹੋਇਆ ਤਾਂ ਪੈਰਾ ਅੱਧਾ ਵੀ ਕਰ ਸਕਦੇ ਹੋ, ਉਸ ਜਗ੍ਹਾ 'ਤੇ ਡਿਕਟੇਸ਼ਨ ਨੂੰ ਤੁਸੀਂ ਪੌਜ਼ ਕਰ ਦਿਓ ਜਿੱਥੇ ਤੱਕ ਤੁਸੀਂ ਪ੍ਰੈਕਟਿਸ ਕੀਤੀ ਹੋਈ। ਇਸ ਕਰਕੇ ਪੈਰਾ ਸਾਰਾ ਨਹੀਂ ਕਰਨਾ ਹੈਗਾ, ਜੇ ਕਰੋਗੇ ਤਾਂ ਪੇਜ ਪੂਰੇ ਭਰਨੇ ਹੈਗੇ ਆ। ਪੇਜ ਘੱਟ ਭਰੋਗੇ ਤਾਂ ਪੇਜ ਘੱਟ ਭਰ ਕੇ ਲਿਖਣ ਦੀ ਕੋਸ਼ਿਸ਼ ਕਰੋਗੇ ਤਾਂ ਆਊਟਲਾਈਨ ਖਰਾਬ ਹੋਊਗੀ, ਸਪੀਡ ਬਣਨੀ ਨਹੀਂ ਗੀ, ਹੱਥ ਵਿਗੜ ਜਾਣਾ ਆਪਣਾ। ਪ੍ਰੈਕਟਿਸ ਘੱਟ ਕਰਕੇ ਸਪੀਡ ਵੱਧ ਨਹੀਂ ਲਿਖਣੀ। ਠੀਕ ਹੈ ਜੀ, ਥੈਂਕ ਯੂ।